ਕੋਲ ਗੱਡੀਆਂ 'ਚ ਦੇ ਦਿਓ ਸਹੀ ਹੈ ਇਹਦੇ ਯਾਰ ਗਲਤ ਫਸ ਗਈ ਇਹ ਗਲਤ ਫਸ ਇਹਨਾਂ ਨੂੰ ਪਤਾ ਨਹੀਂ ਹੈਗਾ ਗਲਤ ਫਸ ਗਈ ਆ ਇਹ ਇਹਨਾਂ ਦੇ ਸ਼ਿਕਾਰੀ ਹੋਣਾ ਹੈ ਜਾਂ ਕੋਈ ਹੋਰ ਬੰਦਾ ਇਹ ਗਲਤ ਫਸ ਗਈਆਂ ਮੈਂ ਹੈਰਾਨ ਆ ਵੀ ਇੱਥੇ ਕੁੜੀਆਂ ਆ ਖੜੀਆਂ ਦੋ ਤਿੰਨ ਇੱਥੇ ਦੋ ਤਿੰਨ ਬਾਜ਼ਾਰ ਖੜਿਆ ਜੀਪੀ ਰੋਡ ਆ ਇੱਧਰ ਦਿੱਲੀ ਜੀਪੀ ਰੋਡ ਖੜੀ ਹੁੰਦੀ ਹੈ ਆਪਾਂ ਜਾਈਏ ਦਿੱਲੀ ਜੀਪੀ ਰੋਡ ਇੱਧਰ ਖੜੀ ਹੁੰਦੀ ਹੈ ਆ ਸਰੇ ਆਵਾਂਗਾ ਸਰੇ ਬਸ ਸਰੇ ਆਵਾਂ ਵੀਰੇ ਕੋਈ ਕੰਟਰੋਲ ਕੋਈ ਪੁਲਿਸ ਦਾ ਕੋਈ ਰੋਲ ਕੋਈ ਇੱਥੇ ਕਿਹੜਾ ਹੈ ਟਾਈਮ ਕਿੰਨਾ ਹੋਇਆ ਹੈ ਟਾਈਮ ਕਿੰਨਾ ਹੋਇਆ ਬਾਰਾਂ ਵੱਜ ਗਏ ਹੈ ਸਾਢੇ 11 ਹੋ ਗਏ ਤੇ ਤੁਹਾਡੇ ਕੋਈ ਘਰ ਬਾਹਰ ਹੈ ਨੀ ਹੈ ਫਿਰ ਤੁਸੀਂ ਇੱਥੇ ਘੁੰਮਦੇ ਪਏ ਹੋ ਨਸ਼ਾ ਕਿੱਦਾਂ ਹੋਇਆ ਨਸ਼ਾ ਨਾ ਕਰਿਆ ਕਰੋ ਕਿਉਂ ਕਰਦੇ ਹੋ ਨਸ਼ਾ ਤੁਸੀਂ ਕੀ ਭੜਕਾਈ ਜਾਂਦੇ ਹੋ ਹੁੰਦਾ ਤੂੰ ਤੇ ਹੈ ਹੀ ਤੋ ਤੋਤੇ ਮੈਂ ਤਾਂ ਜਾਣ ਕੇ ਆਇਆ ਸੀ ਲੰਬੋ ਉਰੇ ਇਹ ਕੁੜੀ ਨਸ਼ਾ ਕਰਦੀ ਹੈ ਨਾ ਆਹ ਕੁੜੀਆਂ ਵਿਚਾਰੀਆਂ ਨਹੀਂ ਹੁਣ ਮੈਂ ਟਹਿਟ ਆ ਤੋਤ ਪਈ ਤੂੰ ਨਸ਼ਾ ਮੈਂ ਤੇਰੇ ਮੂੰਹ ਤੇ ਕਹਿੰਦਾ ਮੈਂ ਡਰ ਥੋੜੇ ਕਿਤੇ ਮਾਰਿਆ ਨਾ ਤੁਸੀਂ ਦੇਖੋ ਰਾਤ ਨੂੰ ਘੁੰਮਦਾ ਕੋਈ ਉਨੀ ਨਿੱਕੀ ਗੱਲ ਹੋ ਜਾਵੇ ਤੁਹਾਡੇ ਨਾਲ ਕੌਣ ਜ਼ਿੰਮੇਵਾਰ ਹੈ ਵੀਡੀਓ ਮੈਂ ਕੀ ਕਰਨੀ ਬਣਾ ਕੇ ਮੋਬਾਈਲ ਬੰਦ ਹੈ ਪਤਾ ਕੀ ਗੱਲ ਵੀਡੀਓ ਬਣਾ ਕੇ ਮੈਂ ਕੀ ਕਰਨੀ ਮਜ਼ਬੂਰੀ ਮਜ਼ਬੂਰੀ ਇਹ ਰਾਤ ਨੂੰ ਇਹ ਮੰਨਦੇ ਆ ਗੱਲ ਇਹਨਾਂ ਦੀ ਕੋਈ ਮਜ਼ਬੂਰੀ ਹੋਊਗੀ ਤਾਂ ਹੀ ਰਾਤ ਨੂੰ ਨਾ ਘੁੰਮਿਆ ਕਰੋ ਐਵੇਂ ਕੋਈ ਕੱਲ ਨੂੰ ਕੋਈ ਸੱਟ ਮਾਰ ਗਿਆ ਕੋਈ ਲੈ ਗਿਆ ਗਲਤ ਮਾਰ ਦੂਗਾ ਤੁਹਾਨੂੰ ਕੋਈ ਕੱਲ ਇੱਕ ਕੁੜੀ ਨਾਲ ਵਿਚਾਰੀ ਨਾਲ ਗਲਤ ਹੋ ਗਿਆ ਉਹਦੇ ਨਾਲ ਤਿੰਨ ਜਣੇ ਸ਼ੋਟ ਲਾ ਗਏ ਮੁੜ ਕੇ ਉਹਨੂੰ ਕਿਰਪਾਨਾ ਦਿਖਾਉਣ ਲੱਗ ਗਏ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਦੀ ਗੱਲ ਹੈ ਇੱਥੋਂ ਦੀ ਕੌਣ ਸੀ ਕੁੜੀ ਯਾਰ ਇਹਨਾਂ ਦਾ ਕੀ ਕਰਦਾ ਤੇ ਕੀ ਉਮਰ ਇਹਨਾਂ ਦੀ ਪਰਿਵਾਰ ਤੁਹਾਡਾ ਹੈਗਾ ਵੀ ਜੇ ਨਹੀਂ ਹੈਗਾ ਕਿਸੇ ਦੇ ਘਰੇ ਕਿਰਾਏ ਤੇ ਰਹਿੰਦੇ ਕੋ ਆਪਣਾ ਤੁਸੀਂ ਦੋਨੇ ਭੈਣਾਂ ਹੋ ਮਜਬੂਰੀ ਆ ਕਿੰਨਾ ਡੇਲੀ ਦਾ 500 ਰੁਪਇਆ ਕਿਰਾਇਆ ਤੁਸੀਂ ਮਹੀਨੇ ਦਾ ਕੱਢਦੇ ਹੋ ਕਿਰਾਇਆ ਅਲੱਗ ਕਿਰਾਇਆ ਕਿੰਨਾ ਰੋਟੀ ਵੀ ਇੱਕ ਟਾਈਮ ਰੋਟੀ ਦੇ ਲੈਂਦੀ ਆ
ਨਹੀਂ ਨਹੀਂ ਇੱਕ ਰੋਜ਼ ਦੇ 500 ਰੁਪਏ ਰੋਟੀ ਦਾ ਲੈਣਾ ਉਹਨੇ ਤੁਹਾਡੇ ਕੋਲੋਂ ਡੇਲੀ, ਦੋਨਾਂ ਕੋਲੋਂ 500 ਰੁਪਈਆ। ਤੇ ਕਿਰਾਇਆ ਕਿੰਨਾ ਦਿੰਦੇ ਹੋ? ਕਿਰਾਇਆ ਹੁਣ ਜਿੰਨਾ ਮਤਲਬ ਹੁੰਦਾ ਵਾ ਉਹਦੇ ਵਿੱਚ ਅੱਧ ਅਸੀਂ ਦਿੰਦੇ ਹਾਂ। ਕਿੰਨਾ ਕਿਰਾਇਆ ਟੋਟਲ ਹੈ? 2000 ਰੁਪਏ। ਕਿੰਨੇ ਕੁੰਨੀ ਕੁੜੀਆਂ ਰਹਿੰਦੀ ਤੁਸੀਂ? ਪੀਜੀ ਹੈ ਕੀ ਹੈ ਉੱਥੇ? ਘਰ ਹੈ ਪਰ ਕੀ ਜ਼ਿੰਦਗੀ ਹੈ ਜਿਹਦਾ ਇਹਦਾ ਜੀ। ਚਲੋ ਜਾਓ ਹੁਣ, ਜਾਓ ਤੋ, ਚਲੋ 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 ਨਿਕਲੋ ਹੁਣ। ਅਜੇ ਕੋਈ ਮਜਬੂਰੀ ਨਹੀਂ, ਨਸ਼ੇ ਦੀ ਆਦੀ ਨੇ ਕੁੜੀਆਂ, ਨਸ਼ੇ ਦੀ ਆਦੀ ਨੇ, ਕੋਈ ਮਜਬੂਰੀ ਨਹੀਂ ਇਹਨਾਂ ਨੂੰ। ਮੈਂ ਬਹੁਤ ਆ ਵੀ ਜਗ੍ਹਾ ਵੀ ਹੁੰਦੀ ਹੈ, ਜਗ੍ਹਾ ਵੀ ਹੁੰਦੀ ਹੈ। ਕਿੰਨੀ ਚ ਕਿੰਨੇ ਪੈਸੇ ਲੈਂਦੇ ਹੋ ਜਗ੍ਹਾ ਵਿੱਚੇ? ਸਮਰਾਟ ਸਿਟੀ ਆ ਇਹਦਾ ਖਰਾਬ ਸਿਟੀ ਕੀਤੀ ਪਈ ਇਹਨਾਂ ਨੇ ਜੀ। ਭਗਵੰਤਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਨਸ਼ਾ ਜਿਹੜਾ ਵੇਚ ਆਉਂਦੇ ਘਰ ਤੋਂ ਤੋੜ ਇਹ ਕਰ ਦੋ, ਜੋਗੀ ਰਾਜ ਆ ਰਿਹਾ, ਲਿਆਓ ਤਾਂ ਸਹੀ ਜੋਗੀ ਰਾਜ। ਜੋਗੀ ਰਾਜ ਦਾ ਮੂੰਹ ਨਹੀਂ ਦਿਖ ਰਿਹਾ ਵੀ ਇਹ ਇਲੈਕਸ਼ਨ ਕਹਿੰਦੇ ਵੀ ਸਮਰਾਟ ਸਿਟੀ ਬਣਾਵਾਂਗੇ, ਇਹ ਤੁਸੀਂ ਖਰਾਬ ਸਿਟੀ ਕਰਤੀ ਹੈ। ਭਗਵੰਤਮਾਨ ਸਾਹਿਬ ਛਡਾਓ ਨਸ਼ੇ, ਨਸ਼ੇ ਛਡਾਓ, ਨਸ਼ੇ ਜਿਹੜੇ ਵੇਚ ਰਹੇ ਨੇ ਉਹਨਾਂ ਦੇ ਹਟਾਓ। ਇਹ ਕਿਹੜੀ ਜਗ੍ਹਾ ਕੁੜੀਆਂ ਘੁੰਮ ਰਹੀਆਂ ਨੇ? ਗਲਤ ਇਹ ਦੇਖੋ ਜੀ, ਬਹੁਤ ਦੇਖੋ ਹੁਣ ਤੁਹਾਨੂੰ ਦੇਖ ਦੇਖ ਕੇ ਭੱਜਣ ਲੱਗ ਗਈਆਂ, ਵੀਡੀਓ ਬਣ ਰਹੀ ਤੇ ਭੱਜ ਰਹੀਆਂ ਉਧਰੋਂ। ਨਸ਼ਾ ਕਰਦੀ ਗੱਲ ਸੁਣ, ਇਧਰ ਗੱਲ ਸੁਣ, ਮੇਰੀ ਗੱਲ ਸੁਣ ਉਰੇ ਆ।
ਗੱਲ ਸਹੀ ਹੈ ਬਿਲਕੁਲ ਬਸ ਸਟੈਂਡ ਘੁੰਮ ਰਹੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਟਾਈਮ ਦੇਖੋ ਟਾਈਮ 12:30 ਦਾ ਟਾਈਮ ਹੋ ਗਿਆ ਕਿਉਂ ਘੁੰਮ ਰਹੇ ਹੋ ਨਸ਼ਾ ਕਿਉਂ ਕਰਦੇ ਹੋ ਤੇ ਨਸ਼ਾ ਛੱਡਣਾ ਚਾਹੁੰਦੇ ਹੋ ਤੇ ਕਿਸੇ ਸਿਵਲ ਦੇ ਹਸਪੀਟਲ ਗਏ ਨੀ ਤੁਸੀਂ ਆਪਣਾ ਇਲਾਜ ਵਾਸਤੇ ਕਿਉਂ ਕਿਉਂ ਨੀ ਗਏ ਮੇਰੇ ਘਰ ਦੇ ਇੰਨੇ ਚੰਗੇ ਵੀ ਨਹੀਂ ਹੈਗੇ ਜਿਹੜੇ ਲੈ ਜਾਣਗੇ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੱਸ ਸਟੈਂਡ 'ਚ ਘੁੰਮਦੇ ਨੂੰ ਦੋ ਸਾਲ ਬੱਸ ਸਟੈਂਡ 'ਚ ਹੀ ਰਹਿੰਦੇ ਹੋ ਨਹੀਂ ਨਹੀਂ ਸ਼ਿਮਲਾਪੁਰੀ ਰਹਿੰਦੇ ਹੋ ਅੱਛਾ ਲਗਭਗ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਨਸ਼ੇ ਦੀਆਂ ਆਦੀਆਂ ਨੇ ਇੱਥੋਂ 10-15 ਹੋਣਗੀਆਂ 10-15 ਕੁੜੀਆਂ ਤੇ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਅਪੀਲ ਕਰਨਾ ਚਾਹੁੰਦੇ ਸਾਡਾ ਨਸ਼ਾ ਛੁੱਟ ਜਾਵੇ ਵਿੱਚ ਕੰਮ ਵੀ ਛੁੱਟ ਜਾਵੇ ਕੰਮ ਮਜਬੂਰੀ 'ਚ ਕਰਨਾ ਪੈਂਦਾ ਤੁਹਾਨੂੰ ਅੱਛਾ ਇੱਕ ਮੈਡਮ ਮੈਨੂੰ ਇਹ ਦੱਸੋ ਚਲੋ ਠੀਕ ਹੈ ਤੁਸੀਂ ਇਹ ਕੰਮ ਕਰਦੇ ਹੋ ਕੋਈ ਮਜਬੂਰੀ ਹੈ ਤੁਹਾਡੀ ਠੀਕ ਹੈ ਮਜਬੂਰੀ ਹਾਲਾਤ ਕਈ ਵਾਰੀ ਲੈ ਜਾਂਦੀ ਗਲਤ ਪਾਸੇ ਬੰਦੇ ਨੂੰ ਜਿਹੜੀਆਂ ਕੁੜੀਆਂ ਲੁੱਟਾਂ ਖੋਹਾਂ ਕਰਦੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੀਆਂ ਹਾਂ ਕੁੜੀਆਂ ਇੱਥੇ ਲੁੱਟਾਂ ਖੋਹ ਕਰਦੀਆਂ ਉਹ ਗਲਤ ਗੱਲ ਇੱਕ ਕਰਕੇ ਅਸੀਂ ਵੀ ਬਦਨਾਮ ਹੋ ਰਹੇ ਹਾਂ ਕਰਦੀਆਂ ਲੁੱਟਾਂ ਖੋਹ ਉਹ ਨਹੀਂ ਹਟਦੀਆਂ ਕਰਦੀਆਂ ਡੇਲੀ ਅੱਛਾ ਡੇਲੀ ਉਹਨਾਂ ਨੂੰ ਕੁਝ ਕੋਈ ਕਹਿੰਦਾ ਅੱਛਾ ਹਾਂਜੀ ਤੇ ਜਦੋਂ ਇਹ ਲੁੱਟਾਂ ਖੋਹਾਂ ਕਰਦੀਆਂ ਨੇ ਮੁਸਾਫਰਾਂ ਨਾਲ ਬਾਹਰਲੇ ਮੁਸਾਫਰ ਹੁੰਦੇ ਆ ਕਈ ਵਾਰੀ ਲੋਕਲ ਵੀ ਹੁੰਦੇ ਕਈ ਵਾਰੀ ਬਾਹਰੋਂ ਵੀ ਹੁੰਦੇ ਮੁੰਡੇ ਕਿੰਨੇ ਹੁੰਦੇ ਉਹਨਾਂ ਕੁੜੀਆਂ ਦੇ ਨਾਲ ਜਿਹੜੇ ਗਰੋਹ ਹੁੰਦਾ ਇਹਨਾਂ ਦਾ ਕੀ ਹੈ ਨਹੀਂ ਉਹਨਾਂ ਦੇ ਫਰੈਂਡ ਹੁੰਦੇ ਨਾਲ ਫਰੈਂਡ ਹੁੰਦੇ ਨਾਲ ਇਹ ਸਾਰੀਆਂ ਕੁੜੀਆਂ ਇਹ ਪਰਿਵਾਰ ਆ ਕਿ ਮੈਂ ਤੋਂ ਵਿੱਚੋਂ ਆਏ ਕਿ ਵਾਰਾ ਕਰਦੀ ਆ ਰਹੀ ਇੰਨਾ ਨਹੀਂ ਪਤਾ ਮੈਨੂੰ ਕੁੜੀਆਂ ਵਾਲੀ ਟੋਟਲ ਕਿੰਨੀਆਂ ਕੁ ਕੁੜੀਆਂ ਹੁੰਦੀਆਂ ਨੇ 10-15 ਕੁੜੀਆਂ ਕਦੇ ਪੁਲਿਸ ਨੇ ਰੋਂਡ ਨਹੀਂ ਮਾਰਿਆ ਇੱਥੇ ਕਦੀ ਮਾਰਦੇ ਪੁਲਿਸ ਵਾਲੇ ਨੇ ਦੇਖ ਕੇ ਆਪ ਭੱਜ ਜਾਂਦੀਆਂ ਨੇ ਤੇ ਹੁਣ ਇੱਕ ਦਾ ਟਾਈਮ ਹੋ ਗਿਆ ਤੁਸੀਂ ਵੀ ਘੁੰਮ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਵੀ ਰਾਤ ਨੂੰ ਮੈਂ ਇਕੱਲੀ ਘੁੰਮ ਰਹੀ ਹਾਂ ਡਰ ਤਾਂ ਲੱਗਦਾ ਵਾ ਫਿਰ ਹੁਣ ਉੱਧਰ ਉੱਧਰ ਹੋ ਜਾਈਦਾ ਤੇ ਹੁਣ ਤੁਸੀਂ ਕਿਹੜਾ ਕਿਹੜਾ ਨਸ਼ਾ ਕਰਦੇ ਹੋ ਮੈਂ ਸਿਰਫ ਚਿੱਟਾ ਹੀ ਲਾਉਂਦਾ ਹੈ ਚਿੱਟਾ ਤੇ ਚਿੱਟਾ ਕਿੱਥੋਂ ਮਿਲਦਾ ਤੁਹਾਨੂੰ ਮਿਲਦਾ ਕਿ ਸ਼ਿਮਲਾ ਤੋਂ ਹੈ ਸ਼ਿਮਲਾ ਕਿੰਨੇ ਦੀ ਗ੍ਰਾਮੀ ਮਿਲਦੀ ਹੈ ਬੇਟੇ 3500 3500 ਦੀ ਗ੍ਰਾਮੀ ਦਿੰਦੇ ਨੇ ਔਰ ਆਮ ਮਿਲਦਾ ਚਿੱਟਾ ਹਾਂਜੀ ਆਮ ਮਿਲਦਾ ਸਾਡੇ ਸ਼ਿਮਲਾ ਤੇ ਇੱਥੇ ਵੀ ਕੋਈ ਦਿੰਦਾ ਦੇ ਕੇ ਜਾਂਦਾ ਤੁਹਾਨੂੰ ਆਪ ਲੈ ਕੇ ਲੈ ਕੇ ਨਹੀਂ ਨਹੀਂ ਮੈਂ ਉੱਥੋਂ ਹੀ ਲੈਣੀ ਸ਼ਿਮਲਾ ਪੁਰੀ ਤੋਂ ਕੀ ਨਾਮ ਹੈ ਉਹਦਾ ਬੰਦਾ ਜਿਹਦੇ ਕੋਲ ਲੈਂਦੇ ਹੋ ਹੁਣ ਉਹਦਾ ਨਾਮ ਸਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਦੋਂ ਨਸ਼ਾ ਲੈਣ ਜਾਂਦੇ ਲੜਕੇ ਨਹੀਂ ਹੈ ਆਮ ਮਿਲਦਾ ਤੇ ਸਰਕਾਰ ਤੇ ਕਹਿੰਦੇ ਵੀ ਨਸ਼ਾ ਖਤਮ ਕਰਤਾ ਆਇਆ ਸੀ ਲੈਟ ਛੱਡ ਕੋਈ ਨਹੀਂ ਖਤਮ ਕੀਤਾ ਹੁੰਦਾ ਤੇ ਅਸੀਂ ਕਰਦੇ ਹੁੰਦੇ ਹਾਂ ਨਾ ਨਸ਼ਾ ਅੱਛਾ ਮਿਲੀ ਜਾਂਦਾ ਆਮ ਤੇ ਜੇ ਅਗਰ ਤੁਹਾਡੇ ਨਾਲ ਮੁਲਾਜ਼ਮ ਜਾਣ ਵੀ ਨਸ਼ਾ ਲੈ ਕੇ ਆਓ ਇਤੋਂ ਉਦੋਂ ਤੁਸੀਂ ਲੈ ਕੇ ਆ ਜਾਓਗੇ ਨਾਲ ਨਹੀਂ ਡਰ ਲੱਗਦਾ ਹਾਂਜੀ ਇਹ ਨਹੀਂ ਕਰ ਸਕਦੇ ਚਲੋ ਤੁਸੀਂ ਛੱਡਣਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਕਰਦੇ ਹੋ ਹਾਂਜੀ ਚਲੋ ਬੇਟਾ ਛੱਡੋ ਇਹ ਨਸ਼ੇ 'ਚ ਕੁਛ ਨਹੀਂ ਹੈ ਆਪਣਾ ਪਰਿਵਾਰ ਕਿੰਨੇ ਬੱਚੇ ਹੈ ਤੁਹਾਡੇ ਮੈਰਿਜ ਨਹੀਂ ਹੋਈ ਕੁਆਰੇ ਹੋ ਹਾਂਜੀ ਤੇ ਪਰਿਵਾਰ ਦੇ ਕਿੰਨੇ ਮੈਂਬਰ ਹੋ ਮੇਰੀ ਮੰਮੀ ਡੈਡੀ ਨੇ ਮਾਸੀ ਕੋਲ ਰਹਿੰਦੇ ਮਾਸੀ ਕੋਲ ਰਹਿੰਦੇ ਤੇਰੀ ਮਾਸੀ ਨੂੰ ਪਤਾ ਵੀ ਤੁਸੀਂ ਇਹ ਕੰਮ ਕਰਦੀਆਂ ਹਾਂਜੀ ਹੈ ਹਾਂਜੀ ਮਾੜਾ ਮੋਟਾ ਪਤਾ ਤੇ ਮਾਸੀ ਨੇ ਸਮਝਾਇਆ ਨਹੀਂ ਤੁਹਾਨੂੰ ਕਦੀ ਉਹਨਾਂ ਤੋਂ ਬਾਹਰ ਲਾਨੀਆਂ ਉਸ ਤੋਂ ਬਾਹਰ ਲਾਈਦਾ ਕਰੀ ਤੇ ਕਹਿੰਦੇ ਮਾੜਾ ਮੋਟਾ ਪਤਾ ਨਸ਼ੇ 'ਚ ਟੁੰਨ ਹੋ ਗਏ ਜਦੋਂ ਜਾਂਦੀ ਮਾਸੀ ਨੂੰ ਪਤਾ ਨਹੀਂ ਨਹੀਂ ਮੈਂ ਇੰਨਾ ਟੁੰਨ ਹੋ ਕੇ ਨਹੀਂ ਜਾਈਦਾ ਨਹੀਂ ਮੁੜਦਾ ਹੀ ਕਰਦੀ ਹਾਂ ਠੀਕ ਹੈ ਰਾਜੇ ਬੇਟਾ ਸੁਧਰ ਜਾਓ ਪਤਾ ਕੁਛ ਨਹੀਂ ਇਸ ਲਾਈਨ 'ਚ ਠੀਕ ਹੈ ਅਤੇ ਜਗਰਾਜ ਸਿੰਘ ਕੀ ਕਹਿਣਾ ਚਾਹੋਗੇ ਜਿੱਦਾਂ ਬੱਸ ਸਟੈਂਡ ਦੇ ਵਿੱਚ ਹਾਲਾਤ ਦੇਖਿਆ ਬੜੇ ਮਾੜੇ ਹੈ ਵੀ ਨੌਜਵਾਨ ਕੁੜੀਆਂ ਨਸ਼ੇ ਦੇ ਆਦੀ ਹੋਈਆਂ ਹੋਈਆਂ ਤੇ ਉਹ ਨਸ਼ੇ ਦੇ ਵਿੱਚ ਟੁੰਨ ਹੋਈਆਂ ਹੋਈਆਂ ਨਸ਼ੇ 'ਚ ਟੁੰਨ ਹੋਈਆਂ ਇੱਥੇ ਮੁਸਾਫਰ ਬਾਹਰ ਆਉਂਦੇ ਜੀ ਉਹਨੇ ਲੁੱਟ ਖੋਹ ਕਰਦੇ ਨੇ ਪਰ ਇਹ ਲੈਣ ਦੇ ਨਾਲ ਮੁੰਡੇ ਵੀ ਲੜੇ ਹੋਏ ਨੇਗੇ ਪ੍ਰਸ਼ਾਸਨ ਨੂੰ ਚਾਹੀਦੇ ਨੇ ਨੱਥ ਪਾਉਣੀ ਜੀ ਜਾਂ ਇਹਨੂੰ ਚੱਕ ਕੇ ਜੇਲ੍ਹ 'ਚ ਭੇਜਣ ਜਾਂ ਇਹਨਾਂ ਨੂੰ ਸੈਂਟਰ 'ਚ ਭੇਜਣ ਚੱਕ ਕੇ ਜੀ
ਬਾਹਰੋਂ ਆਉਂਦੇ ਆ ਖੋਬਾਜ਼ ਹੋ ਜਾਂਦੀ ਆ, ਇੱਥੇ ਆ ਕੇ ਸਾਡੇ ਕੋਲ ਰੋਂਦੇ ਆ ਜੀ ਸਾਡੀ ਲੁੱਟ ਖੋ ਹੋ ਗਈ, ਇਹ ਹੋ ਗਏ, ਉਹ ਹੋ ਗਿਆ ਜੀ। ਕਿੰਨੇ ਕੁ ਕੁੜੀਆਂ ਦਾ ਗਰੋਹ ਹੈ ਜੀ ਇਹ ਭਾਜੀ? ਬਹੁਤ ਆ ਜੀ, ਕੋਈ ਪ੍ਰਦਰਸ਼ਨ ਦਾ ਕੋਈ ਧਿਆਨ ਨੀ ਹੈ, ਕੋਈ ਪੁਲਿਸ ਵਾਲੇ ਆਉਂਦੇ ਜੀ ਉਹ ਭਾਜਣ ਦੇ ਦੇਖ ਕੇ ਇਹਨਾਂ ਨੂੰ ਜੀ। ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ? ਬਸ ਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ, ਇਹਨਾਂ ਨੂੰ ਨੱਥ ਪਾਈ ਜਾਵੇ ਕਿ ਜਿਹੜੀਆਂ ਇਹ ਕੁੜੀਆਂ ਨਸ਼ਾ ਨੁਸ਼ਾ ਕਰਦੀਆਂ, ਜਾਂ ਇਹਨਾਂ ਨੂੰ ਸੈਂਟਰ ਚੁਕਾਇਆ ਜਾਵੇ ਜਾਂ ਇਹਨਾਂ ਦਾ ਨਸ਼ਾ ਛਡਾਇਆ ਜਾਵੇ ਕਿਸੇ ਤਰੀਕੇ ਵੀ। ਅਤੇ ਭਾਜੀ ਇਹ ਲਗਭਗ ਲੋਕ ਰਾਤ ਨੂੰ ਦੇਖਿਆ ਮੈਂ ਕਾਫੀ ਕੁੜੀਆਂ ਨੇ ਔਰ ਉਮਰ ਵੀ ਉਹਨਾਂ ਤੋਂ 20-22-23 ਦੇ ਲਗਭਗ ਨੇ, ਤੇ ਕੋਈ ਕੰਟਰੋਲ ਨਹੀਂ ਹੈ ਪੁਲਿਸ ਦਾ ਕੋਈ? ਕੱਲ੍ਹ ਪੁਲਿਸ ਜ਼ਰੂਰ ਆਉਂਦੀ, ਪੁਲਿਸ ਕਾਰਵਾਈ ਆਪਣੀ ਕਰਦੀ ਹੈ, ਜਦੋਂ ਪੁਲਿਸ ਆਉਂਦੀ ਹੈ ਭੱਜ ਜਾਂਦੀਆਂ ਨੇ। ਹਾਂਜੀ, ਤੇ ਕਦੇ ਮਾਰਕੀਟ ਵਾਲਿਆਂ ਨੇ ਕਦੇ ਕੰਪਲੇਂਟ ਨਹੀਂ ਦਿੱਤੀ ਵੀ ਇਹ ਤੋਂ ਹੱਲ ਕੀਤਾ ਜਾਵੇ ਇਹਨਾਂ ਦਾ? ਇਹ ਨਹੀਂ ਜੀ ਨੌਲੇਜ 'ਚ ਸਾਡੀ। ਹਾਂਜੀ ਭਾਜੀ ਕੀ ਕਹਿੰਦੇ? ਕੱਲ੍ਹ ਸਰਕਾਰੀ ਮੁਲਾਜ਼ਮ ਆਇਆ ਸੀ ਹੱਥੋਂ ਮੁਜ਼ੱਫਰਨਗਰ ਤੋਂ ਜੀ, ਹਾਂਜੀ, ਉਹਦਾ ਪਰੇ ਜਾ ਕੇ ਨਾ ਲੈਣਾ ਕਿੰਨੀ ਲੈ ਗਏ ਉਹਨੂੰ, ਉਹਦਾ ਮੋਬਾਈਲ ਖੋਲਿਆ ਨਾਲੇ 5,000 ਰੁਪਇਆ ਵਾਲਾ ਸਵੇਰੇ ਇੱਥੇ ਰੋਂਦਾ ਆਇਆ ਸਾਡੇ ਕੋਲ ਜੀ। ਮੁਲਾਜ਼ਮ ਪੁਲਿਸ ਮੁਲਾਜ਼ਮ ਜੀ? ਪੁਲਿਸ ਮੁਲਾਜ਼ਮ ਨਹੀਂ, ਕੋਈ ਸਰਕਾਰੀ ਮੁਲਾਜ਼ਮ ਸੀਗਾ ਜੀ। ਠੀਕ ਆ, ਉਹਦਾ ਨਾ ਸਾਰਾ ਫੋਨ 'ਚ ਬਾਇਓਡਾਟਾ ਸੀ ਸਰਕਾਰੀ ਮੁਲਾਜ਼ਮ ਦਾ। ਅੱਛਾ ਜੀ, ਉਹਨੂੰ ਫਿਰ ਇੱਥੋਂ ਦੱਸਿਆ ਵੀ ਮੇਰਾ ਫੋਨ ਖੋ ਕੇ ਲੈ ਗਏ, ਉਹ ਸਵੇਰੇ ਰੋਂਦਾ ਰੋਂਦਾ ਆਇਆ, ਉਹਦਾ ਪੈਸੇ ਉਹਨੂੰ ਕਿਰਾਇਆ ਸੀ ਲੈ ਕੇ ਦੇ ਕੇ ਭੇਜਿਆ ਜੀ। ਆਪਾਂ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ, ਇਹਨਾਂ ਦਾ ਨਸ਼ਾ ਛੱਡਾਇਆ ਜਾਵੇ। ਤੇ ਅੱਛਾ ਭਾਈ, ਇਹ ਰੋਜ਼ ਦੇ ਤਰਕੀਬਾਂ ਨੇ ਲੁੱਟਾਂ ਖੋਹਾਂ ਹੁੰਦੀਆਂ ਨੇ ਇੱਥੇ ਬੱਸ ਸਟੈਂਡ 'ਚ? ਰੋਜ਼ ਨਿੱਤ ਨਵੀਆਂ, ਕਿਸੇ ਦੇ ਟੋਕਾ ਮਾਰਿਆ ਹੁੰਦਾ, ਕਿਸੇ ਦੇ ਕੁਛ ਮਾਰਿਆ ਹੁੰਦਾ। ਅੱਛਾ, ਤੇ ਕੋਈ ਕੰਟਰੋਲ ਨਹੀਂ ਹੈ ਕਿਸੇ ਦਾ ਵੀ? ਕੋਈ ਕੰਟਰੋਲ ਨਹੀਂ ਹੈਗਾ, ਸਾਹਮਣੇ ਚੌਕੀ ਹੈਗੀ ਤਾਂ ਵੀ ਕੰਟਰੋਲ ਨਹੀਂ, ਸਾਹਮਣੇ ਚੌਕੀ ਉਹ ਉਹਨਾਂ ਦਾ ਕੰਮ, ਉਧਰਲੀ ਸਾਈਡ ਇੱਧਰਲਾ ਕੰਮ ਖੁੱਲ੍ਹਾ ਚੱਲਦਾ ਹੈਗਾ। ਤੇ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ? ਸਰਕਾਰ ਮਾਨ ਸਾਹਿਬ ਦੀ ਸਰਕਾਰ ਬਹੁਤ ਵਧੀਆ ਸਰਕਾਰ ਹੈਗੀ, ਚੰਗਾ ਕੰਮ ਚੱਲ ਰਿਹਾ, ਚੱਲ ਠੀਕ ਹੈਗੀ, ਲੇਕਿਨ ਇਹਨਾਂ ਦੇ ਥੋੜ੍ਹੇ ਬਹੁਤ ਨੱਥ ਪਾ ਦੇਵੇ। ਠੀਕ ਹੈ, ਬਸ ਇਹ ਇੱਧਰ ਲੋਕੀ ਸ਼ਾਮ ਨੂੰ ਆਉਣ ਤੋਂ ਲੋਕੀ ਡਰਦੇ ਆ, ਮਾਤਾ ਭੈਣਾਂ ਸਾਰੀਆਂ ਸਵਾਰੀਆਂ ਆਉਂਦੀਆਂ, ਲੋਕੀ ਡਰਦੇ ਆ ਰਾਤ ਨੂੰ ਇਸ ਟਾਈਮ ਨੂੰ। ਜੇ ਕੋਈ ਘਰੇਲੂ ਕੁੜੀ ਆ ਕੇ ਖੜ ਜਾਵੇ, ਜੇ ਕੋਈ ਘਰੇਲੂ ਕੁੜੀ ਆ ਕੇ ਖੜ ਜਾਵੇ, ਕੋਈ ਸ਼ਰਾਬੀ ਕਬਾਬੀ ਹੋ ਜਾ, ਉਹਦੇ ਕੋਲ ਜਾ ਕੇ ਛੇੜਛਾੜੀ ਕਰਦੇ ਜੋ, ਹਾਂਜੀ ਕਹਿੰਦੇ ਚੱਲਣਾ ਜੀ, ਉੱਥੇ ਲੜਾਈ ਦਾ ਘਰ ਹੁੰਦਾ ਜੀ। ਲਾਈਟ ਦਾ ਏਰੀਆ ਬਣ ਗਿਆ ਸੋਜੋ। ਹਾਂਜੀ, ਰੈਡ ਲਾਈਟ ਏਰੀਆ ਬਣ ਗਿਆ ਤਾਂ ਪੂਰਾ ਇੰਜਮਾ ਲੱਗਦਾ ਵੀ ਹੁਣ ਪੰਜਾਬ ਦੇ ਵੀ ਜੀਪੀ ਰੋਡ ਕਹਿ ਸਕਦੇ ਆਪਾਂ ਇਸ ਨੂੰ। ਬੜਿਆ ਹੋਇਆ ਜੀ, ਜੀਪੀ ਰੋਡ ਬੜਿਆ ਹੋਇਆ ਜੀਪੀ ਰੋਡ ਜੀ। 5 ਮਿੰਟਾਂ ਬਾਅਦ ਤੁਸੀਂ ਦੇਖਿਓ ਗੱਡੀਆਂ ਕਿਵੇਂ ਘੁੰਮਣੀਆਂ ਇੱਥੇ। ਰਮਨ, ਇਹ ਨਸ਼ੇ ਦੀ ਕੁੜੀਆਂ ਆਦੀ ਨੇ ਕਿ ਕਿੰਨੀਆਂ ਕੁੜੀਆਂ ਨੇ ਟੋਟਲ? ਬਿਲਕੁਲ ਜੀ, 5-7 ਕੁੜੀਆਂ ਨੇ, ਬਿਲਕੁਲ ਆਦੀ ਹੋ ਗਈਆਂ ਨੇ, ਇਹਨਾਂ ਦਾ ਕੋਈ ਕਸੂਰ ਨਹੀਂ ਹੈ ਜੀ, ਨਾ ਇਹਨਾਂ ਦੇ ਘਰਦਿਆਂ ਦਾ ਕਸੂਰ ਹੈ, ਅਸੀਂ ਖੁਦ ਹੋ ਕੇ ਸਹੀ ਹੋਏ ਹਾਂ ਜੀ। ਅੱਛਾ ਜੀ, ਠੀਕ ਹੈ ਜੀ, ਅਤੇ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਮੈਡੀਸਨ ਚਾਹੇ ਕੋਈ ਚੰਗੇ ਸੈਂਟਰ ਦੇ ਨਸ਼ਾ ਆਊਟ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ।